ਮੈਂ ਨਹੀਂ ਆਉਂਦੀ ਭਾਜੀ, ਬਸ ਮੈਂ ਇਹੀ ਕਹਾਂਗੀ ਕਿ ਇਹਨੂੰ ਜਿੰਨੀ ਹੋ ਸਕਦੀ ਹੈ ਨਾ ਸਜ਼ਾ ਦੋ, ਜੇ ਮੇਰਾ ਬੰਦਾ ਨਹੀਂ ਰਿਹਾ ਤਾਂ ਇਹ ਵੀ ਨਹੀਂ ਰਹਿਣਾ ਚਾਹੀਦਾ ਸਰ। ਗਲਤੀ ਇੰਜੈਕਸ਼ਨ ਲਾ ਕੇ ਇਹਨੇ ਮਾਰ ਦਿੱਤਾ, ਫਿਰ ਕਹਿ ਦਿੱਤਾ ਗਿਆ ਕਿ ਉਹ ਹੈਗਾ ਵਾ ਸਰ। ਕੱਲ੍ਹ ਸਾਰੇ ਕਹਿੰਦੇ ਸੀ ਕਿ ਉਹ ਹੈ ਨਹੀਂ, ਇਹਨਾਂ ਨੇ ਮੈਨੂੰ ਅੰਦਰ ਬੁਲਾ ਕੇ ਸਰਕਾਰੀ ਹੋਸਪਿਟਲ ਤੋਂ ਟੀਮ ਆਈ, ਉਹਨਾਂ ਨੇ ਵੀ ਝੂਠ ਬੋਲਿਆ ਵੀ ਇਹਨਾਂ ਦੇ ਸਾਹ ਚੱਲਣ ਦੇ, ਜਦਕਿ ਉਹਨਾਂ ਦੇ ਸਾਹ ਹੈ ਨਹੀਂ। ਪੱਥਰੀ ਦਾ ਗਲਤ ਆਪਰੇਸ਼ਨ ਕਰਨ ਦੇ ਕਾਰਨ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸ ਦਈਏ ਕਿ ਜੋ ਹਸਪਤਾਲ ਹੈ ਉਸ ਦੇ ਵੱਲੋਂ ਪਹਿਲਾਂ ਤਾਂ ਆਪਣੀ ਗਲਤੀ ਲੁਕਾਉਣ ਦੇ ਖਾਤਰ ਕਿਹਾ ਜਾ ਰਿਹਾ ਸੀ ਕਿ ਨੌਜਵਾਨ ਜਿਉਂਦਾ, ਅਜਿਹੇ ਇਲਜ਼ਾਮ ਜੋ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਗਏ ਨੇ, ਤਾਂ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ। ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਪੱਥਰੀ ਦੇ ਆਪਰੇਸ਼ਨ ਲਈ ਦਾਖਲ ਹੋਏ ਮਰੀਜ਼ ਆਸੂਤੋਸ਼ ਮਹਾਜਨ ਨੂੰ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਵੀ ਜ਼ਿੰਦਾ ਹੋਣ ਦਾ ਦਾਅਵਾ ਕੀਤਾ ਸੀ। ਉਸ ਨੂੰ ਜਦੋਂ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਜਦੋਂ ਇਲਾਜ ਦੇ ਲਈ ਚੈੱਕ ਕੀਤਾ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਰਿਵਾਰਕ ਮੈਂਬਰ ਆਸ਼ੂਤੋਸ਼ ਦੀ ਮ੍ਰਿਤਕ ਦੇ ਸਮੇਤ ਮੁੜ ਤੋਂ ਹਸਪਤਾਲ ਦੇ ਬਾਹਰ ਧਰਨੇ ਦੇ ਉੱਤੇ ਬੈਠ ਗਏ ਨੇ, ਅਤੇ ਦੂਜੇ ਪਾਸੇ ਪਰਿਵਾਰ ਦੀ ਹਮਾਇਤ ਦੇ ਵਿੱਚ ਆਏ ਸੈਂਕੜਿਆਂ ਸਮਾਜਿਕ ਆਗੂਆਂ ਦੇ ਵੱਲੋਂ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਬਬਰੀ ਨਾਕੇ 'ਤੇ ਜਾਮ ਲਗਾ ਦਿੱਤਾ ਗਿਆ। ਦੋਸ਼ ਲਗਾਏ ਜਾ ਰਹੇ ਨੇ ਕਿ ਪਰਿਵਾਰ ਨੂੰ ਨੌਜਵਾਨ ਦੇ ਬਚਣ ਦੀ ਉਮੀਦ ਦਿਖਾ ਕੇ ਵਰਗਲਾਇਆ ਗਿਆ ਅਤੇ ਲਾਸ਼ ਸਮੇਤ ਹੀ ਅੰਮ੍ਰਿਤਸਰ ਭੇਜ ਦਿੱਤਾ ਗਿਆ, ਜਦਕਿ ਆਸ਼ੂਤੋਸ਼ ਦੀ ਮੌਤ ਗੁਰਦਾਸਪੁਰ ਦੇ ਇੱਕ ਹਸਪਤਾਲ ਦੇ ਵਿੱਚ ਹੋ ਚੁੱਕੀ ਸੀ ਅਤੇ ਹਸਪਤਾਲ ਦੇ ਜੋ ਡਾਕਟਰ ਸੀ ਉਹਨਾਂ ਦੇ ਵੱਲੋਂ ਆਪਣੀ ਗਲਤੀ ਨੂੰ ਲੁਕਾਉਣ ਦੇ ਲਈ ਪਰਿਵਾਰ ਨੂੰ ਇਹ ਕਿਹਾ ਗਿਆ ਕਿ ਉਹਨਾਂ ਦਾ ਜੋ ਜੀ ਹੈ ਹਾਲੇ ਜਿਉਂਦਾ, ਪਰ ਉਸਦੀ ਮੌਤ ਇੱਥੇ ਹੀ ਹੋ ਚੁੱਕੀ ਸੀ। ਹਾਲਾਂਕਿ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਹਨਾਂ ਦੇ ਵੱਲੋਂ ਸੜਕ ਦੇ ਉੱਤੇ ਮੁੜ ਤੋਂ ਜਾਮ ਲਗਾ ਦਿੱਤਾ ਗਿਆ। ਉੱਥੇ ਹੀ ਜੋ ਮ੍ਰਿਤਕ ਦੀ ਪਤਨੀ ਹੈ ਉਸਦਾ ਕਹਿਣਾ ਹੈ ਕਿ ਉਸਦੇ ਦੋ ਬੱਚੇ ਨੇ ਛੋਟੇ ਛੋਟੇ, ਹੁਣ ਉਹ ਕਿੱਥੇ ਜਾਵੇਗੀ। ਬੱਚੇ ਵੀ ਵਾਰ ਵਾਰ ਫੋਨ ਕਰਕੇ ਕਹਿ ਰਹੇ ਨੇ ਕਿ ਪਿਤਾ ਜੀ ਨਾਲ ਗੱਲ ਕਰਵਾਈ ਜਾਵੇ, ਵੀਡੀਓ ਕਾਲ ਕਰਵਾਈ ਜਾਵੇ, ਪਰ ਹੁਣ ਉਹਨਾਂ ਨੂੰ ਉਹ ਜਾ ਕੇ ਘਰੇ ਕੀ ਜਵਾਬ ਦੇਵੇਗੀ। ਤਾਂ ਇਸ ਘਟਨਾ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਦੇ ਕੋਲ ਇਹੀ ਗੁਹਾਰ ਲਗਾਈ ਗਈ ਹੈ ਕਿ ਜੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਭਾਅ ਜੀ, ਮੈਂ ਕੱਲ੍ਹ ਵੀ ਇਹੀ ਦੱਸਿਆ ਸੀ ਕਿ ਮੇਰੇ ਘਰ ਵਾਲੀ ਦੇ ਸਿਰਫ ਇੱਕ ਛੋਟੀ ਜਿਹੀ ਸਟੋਨ ਸੀ, ਜਿਹਦੇ ਕਰਕੇ ਆਪਾਂ ਇੱਥੇ ਆਪਰੇਸ਼ਨ ਕਰਵਾਉਣ ਲਈ ਆਏ ਹਾਂ। ਆਪਰੇਸ਼ਨ ਤੋਂ ਬਾਅਦ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਗਲਤੀ ਇੰਜੈਕਸ਼ਨ ਲਾ ਕੇ ਉਹਨੂੰ 25 ਦੀ ਰਾਤ ਹੀ ਇਹਨਾਂ ਨੇ ਖਤਮ ਕਰਤਾ ਸੀ, ਅਤੇ ਮੈਨੂੰ ਕਿਹਾ ਗਿਆ ਕਿ ਉਹ ਹੈਗਾ ਵਾ, ਉਹਦੇ ਸਾਹ ਹੈਗੇ ਆ,
ਜਿਵੇਂ ਜਦੋਂ ਕਿ ਉਹਨਾਂ ਦੇ ਸਾਹ ਖਤਮ ਹੋ ਚੁੱਕੇ ਸੀ। ਕੱਲ੍ਹ ਮੈਨੂੰ ਇੰਨਾ ਇਮੋਸ਼ਨਲ ਕਰ ਕਰਕੇ ਇਹਨਾਂ ਨੇ ਇੱਥੋਂ ਭੇਜ ਦਿੱਤਾ ਕਿ ਉਹਦੇ ਸਾਹ ਹੈਗੇ ਆ। ਅਸੀਂ ਜਿੱਦਾਂ ਉੱਥੇ ਪਹੁੰਚੇ ਹਾਂ ਭਾਅ ਜੀ, ਡਾਕਟਰ ਨੇ ਜਾਂਦੇ ਕਹਿ ਦਿੱਤਾ ਵੀ ਇਹ ਹੈ ਨਹੀਂ ਆ, ਫਿਰ ਵੀ ਆਪਾਂ ਸਵੇਰ ਤੱਕ ਇੱਕ ਟਰਾਈ ਲੈਂਦੇ ਹਾਂ। ਸਵੇਰੇ ਵੈਂਟੀਲੇਟਰ ਤੋਂ ਲਾਉਣ ਦੀ ਦੇਰ ਆ ਭਾਅ ਜੀ, ਉਹਨਾਂ ਦੇ ਸਾਹ ਮੁੱਕ ਗਏ, ਉਹਨਾਂ ਦਾ ਦਿਲ ਫਿਰ ਰੁਕ ਗਿਆ। ਮੈਨੂੰ ਸਮਝ ਨਹੀਂ ਆਉਂਦੀ ਭਾਅ ਜੀ, ਬਸ ਮੈਂ ਇਹੀ ਕਹਾਂਗੀ ਕਿ ਇਹਨੂੰ ਜਿੰਨੀ ਹੋ ਸਕਦੀ ਹੈ ਨਾ ਸਜ਼ਾ ਦੋ, ਮੇਰਾ ਬੰਦਾ ਨਹੀਂ ਰਿਹਾ ਵੀ ਨਹੀਂ ਰਹਿਣਾ ਚਾਹੀਦਾ ਸਰ ਤੇ ਨਹੀਂ ਰਹਿਣਾ ਚਾਹੀਦਾ। ਮੈਡੀ ਸਿਟੀ ਹਸਪੀਟਲ ਹੈ, ਹਸਪੀਟਲ ਦੱਸੋ ਕਿਹੜਾ ਹਸਪੀਟਲ? ਮੈਡੀ ਸਿਟੀ ਹਸਪੀਟਲ। ਦੇਖੋ ਭਾਅ ਜੀ, ਮੇਰਾ ਬੰਦਾ ਚਲ ਗਿਆ, ਮੈਂ ਕੀ ਮੰਗਾਂਗੀ ਤੁਸੀਂ ਆਪ ਦੱਸੋ। ਇੱਕ ਮੁਰਦਾ ਇਨਸਾਨ ਹੈ, ਕਈ ਜਾਣਦੇ ਆ ਕਿ ਉਹ ਜ਼ਿੰਦਾ ਵਾ, ਇੱਕ ਵੈਂਟੀਲੇਟਰ ਲਾ ਕੇ, ਇੱਕ ਝੂਠ ਬੋਲ ਕੇ ਪਹਿਲਾਂ ਉਹਨੂੰ ਗਲਤ ਇੰਜੈਕਸ਼ਨ ਲਾ ਕੇ ਇਹਨੇ ਮਾਰ ਦਿੱਤਾ, ਫਿਰ ਕਹਿ ਦਿੱਤਾ ਗਿਆ ਕਿ ਉਹ ਹੈਗਾ ਵਾ ਸਰ। ਕੱਲ੍ਹ ਸਾਰੇ ਕਹਿੰਦੇ ਸੀ ਕਿ ਉਹ ਹੈ ਨਹੀਂ, ਇਹਨਾਂ ਨੇ ਮੈਨੂੰ ਅੰਦਰ ਬੁਲਾ ਕੇ, ਸਰਕਾਰੀ ਹੋਸਪਿਟਲ ਤੋਂ ਟੀਮ ਆਈ, ਉਹਨਾਂ ਨੇ ਵੀ ਝੂਠ ਬੋਲਿਆ ਵੀ ਇਹਨਾਂ ਦੇ ਸਾਹ ਚੱਲਣ ਦੇ, ਜਦਕਿ ਉਹਨਾਂ ਦੇ ਸਾਹ ਹੈ ਨਹੀਂ, ਉਹ ਸਿਰਫ ਇੱਕ ਮਸ਼ੀਨਾਂ ਨਾਲ ਜੋ ਵੀ ਇਹਨਾਂ ਨੇ ਕੀਤੇ ਦਾ ਸੀ ਉਹੀ। ਡਾਕਟਰ ਕੇਡੀ ਵੀ ਮਿਲੇਗਾ ਨਾ? ਡਾਕਟਰ ਕੇਡੀ ਵੀ ਮਿਲੇਗਾ ਨਾ? ਨਹੀਂ ਨਹੀਂ, ਫਿਰ ਆਪਾਂ ਉੱਥੇ ਇੱਥੋਂ ਆਪਾਂ ਕੇਡੀ ਹੋਸਪਿਟਲ ਗਏ ਆ, ਉਹਨਾਂ ਨੇ ਸਾਨੂੰ ਜਾਂਦੇ ਕਹਿਤਾ ਕਿ ਤੁਹਾਡਾ ਬੰਦਾ ਬਹੁਤ ਸੀਰੀਅਸ ਹੈ, 2-3% ਆ ਸਿਰਫ, ਅਤੇ ਤੁਸੀਂ ਆਪਾਂ ਸਵੇਰੇ ਵੇਖ ਲਾਂਗੇ, ਮਤਲਬ ਉਹ ਹੈ ਹੀ ਨਹੀਂ। ਸਵੇਰੇ ਵੀ ਜਦੋਂ ਮੈਂ ਆਪਾਂ ਉਹਨਾਂ ਨੂੰ ਕਿਹਾ, ਉਹਨਾਂ ਨੇ ਵੈਂਟੀਲੇਟਰ ਤੋਂ ਜਿੱਦਾਂ ਲਾਇਆ, ਲਾਉਣ ਦੀ ਦੇਰ ਆ, ਉਹਨਾਂ ਦੇ ਸਾਹ ਹੀ ਮੁੱਕ ਗਏ। ਪਹਿਲਾਂ ਤਾਂ ਮਰੇ ਸੀ ਅਤੇ ਸਾਹ, ਹਾਂ, ਇਹ ਸਾਰੇ ਇੱਥੇ ਇਹਨਾਂ ਨੇ ਝੂਠ ਬੋਲਿਆ ਵੀ ਸਾਹ ਹੈਗੇ, ਸਾਹ ਹੈ ਨਹੀਂ, ਇੱਥੋਂ ਹੀ ਮਰੇ ਦਾ ਸੀ ਮੇਰਾ ਆਸ਼ੂ, ਇਹਨਾਂ ਨੇ ਇੱਥੋਂ ਝੂਠ ਬੋਲ ਕੇ ਸਾਨੂੰ ਭੇਜਿਆ। ਹੁਣ ਵੀ ਆਸ਼ੂ ਨੂੰ ਮੈਂ ਜਿੱਦਾਂ ਇੱਥੋਂ ਲੈ ਗਈ ਹਾਂ, ਉੱਦਾਂ ਇਹਨੂੰ ਮੈਂ ਵਾਪਸ ਲੈ ਕੇ ਆਈ ਹਾਂ, ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਰ, ਇੱਥੇ ਪਰਚਾ ਹੋਣਾ ਚਾਹੀਦਾ। ਬਸ ਮੇਰੇ ਦੋ ਛੋਟੇ ਛੋਟੇ ਬੱਚੇ ਸਰ, ਮੈਂ ਹਾਲੇ ਤੱਕ ਆਪਣੇ ਬੱਚਿਆਂ ਨੂੰ ਐਵੇਂ ਨਹੀਂ ਦੱਸਿਆ ਕਿ ਉਹਦੇ ਪਾਪਾ ਕਿੱਥੇ ਆ, ਉਹ ਮੈਨੂੰ ਪੁੱਛਦੇ ਵੀ ਮੰਮਾ ਵੀਡੀਓ ਕਾਲ 'ਚ ਪਾਪਾ ਨਾਲ ਗੱਲ ਕਰਾਓ, ਮੈਂ ਉਹਨਾਂ ਦੀ ਗੱਲ ਨਹੀਂ ਕਰਾ ਸਕਦੀ ਸਰ, ਨਹੀਂ ਕਰਾ ਰਹੀ ਮੈਂ, ਨਹੀਂ।